ਚੜੀ ਦਾ ਨਹੀਂ ਦੁਖਾਈ ਦਾ ਨਹੀਂ ਉਹ ਦੁਖੀ ਬੰਦੇ ਨੇ ਉਹਨਾਂ ਦੇ ਖਿਲਾਫ ਨਹੀਂ ਕਰਨੀ ਦੋਸਤੋ ਮੇਰੇ ਔਰ ਤੁਹਾਡੇ ਕਾਇਦ ਨੇ ਪਿਛਲੇ 5 ਸਾਲਾਂ ਦੌਰ ਦੀ ਅਗਰ ਸਿਰਫ ਗੱਲ ਕਰਾਂ ਦੋ ਚੈਲੰਜਸ ਦਹਿਸ਼ਤਗਰਦੀ ਦਾ ਔਰ ਬਿਜਲੀ ਦੀ ਕਮੀ ਦਾ ਸਭ ਤੋਂ ਜ਼ਿਆਦਾ ਆ ਔਰ ਹਕੂਮਤ ਬਣਨ ਤੋਂ ਬਾਅਦ ਮੇਰੇ ਕਾਇਦ ਨੂੰ ਜਿੰਨਾ ਤੰਗ ਕੀਤਾ ਗਿਆ ਜਿੰਨੇ ਜ਼ਿਆਦਾ ਰੋੜੇ ਉਹਦੇ ਰਾਹ ਦੇ ਵਿੱਚ ਟਕਾਏ ਗਏ ਹਕੂਮਤ ਨੂੰ ਨਾ ਚੱਲਣ ਦਿੱਤਾ ਗਿਆ ਉਹਦੇ ਬਾਵਜੂਦ ਮੇਰੇ ਕਾਇਦ ਨੇ ਉਹਨਾਂ ਦੋਵਾਂ ਚੈਲੰਜਸ ਨੂੰ ਪੂਰਾ ਕੀਤਾ ਬਿਜਲੀ ਦੀ ਲੋਡ ਸ਼ੈਡਿੰਗ ਜਿਹੜੀ 18 ਘੰਟੇ ਤੂੰ ਘੱਟ 15 ਘੰਟੇ ਇਸ ਤੋਂ ਘੱਟ ਨਹੀਂ ਹੁੰਦੀ ਅੱਜ 2 ਜਾਂ 3 ਜਾਂ 4 ਘੰਟੇ ਤਾਂ ਆ ਗਈ 90% ਕੰਟਰੋਲ ਹੋ ਗਿਆ ਔਰ ਦਹਿਸ਼ਤਗਰਦੀ ਦਾ ਜਿੰਨ ਜਿਹੜਾ ਬੋਤਲ ਜੁਬਾਰ ਆਇਆ ਹਰ ਰੋਜ਼ ਧਮਾਕੇ ਹਰ ਰੋਜ਼ ਖੁਦਕਸ਼ ਬੰਬਾਰ ਹਰ ਰੋਜ਼ ਪੁਲਿਸ ਉੱਪਰ ਹਮਲੇ ਆਰਮੀ ਦਾ ਦਹਿਸ਼ਤਗਰਦਾਂ ਦੇ ਹਮਲੇ ਮੇਰੇ ਕਾਇਦ ਨੇ ਆਪਣੀ ਮੈਂ ਸਮਝਦਾ ਉਹਨਾਂ ਦੀ ਵੀ ਤਾਰੀਫ ਕਰਾਂਗਾ ਜਿਹਨਾਂ ਕਾਇਦ ਮੋਹਤਰਮ ਦਾ ਸਾਥ ਦਿੱਤਾ ਔਰ ਜਿਹਨਾਂ ਸਾਡੀ ਜੁਗਰਾਫਿਆਈ ਸਰਹੱਦਾਂ ਦੀ ਹਿਫਾਜ਼ਤ ਕੀਤੀ ਪਾਕਿਸਤਾਨ ਆਰਮੀ ਦੇ ਜਵਾਨ ਜਿਹੜੇ ਸ਼ਹੀਦ ਹੋਏ ਪੁਲਿਸ ਦੇ ਜਵਾਨ ਜਿਹੜੇ ਸ਼ਹੀਦ ਹੋਏ ਔਰ ਪਬਲਿਕ ਦੇ ਲੋਕ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਨਾਲ ਮਿਲ ਕੇ ਕਾਇਦ ਮੋਹਤਰਮ ਦੀ ਕਿਆਦਤ ਦੇ ਵਿੱਚ ਦਹਿਸ਼ਤਗਰਦੀ ਦੀ ਜੰਗ ਨੂੰ 90% ਕੰਟਰੋਲ ਕੀਤਾ ਗਿਆ ਦੋਸਤੋ ਅੱਜ ਮੁਲਕ ਦੇ ਸਕੂਨ ਨਜ਼ਰ ਆਉਂਦਾ ਹੈ ਇਹ ਮੇਰੇ ਕਾਇਦ ਦੀ ਕਾਇਦਾਨਾ ਸਲਾਹੀਤਾ ਦਾ ਸਬੂਤ ਹੈ ਮੀਆਂ ਮੁਹੰਮਦ ਸ਼ਬਾਜ਼ ਸ਼ਰੀਫ ਸਾਹਿਬ ਦਾ ਵਜ਼ਾਰਤੇ ਆਲਾ ਦੇ ਦੋ ਅਦਵਾਰ ਤੁਹਾਡੇ ਸਾਹਮਣੇ ਉਹਨਾਂ ਮੁਲਕ ਦੇ ਵਿੱਚ ਬਿਹਤਰੀਨ ਨਿਜ਼ਾਮ ਨਾਫਜ਼ ਕੀਤੇ ਬਿਹਤਰੀਨ ਸੜਕਾਂ ਦਿੱਤੀਆਂ ਮੈਰਿਟ ਪਾਲਿਸੀ ਭਰਤੀਆਂ ਇਮਾਨਦਾਰੀ ਤੇ ਹਰ ਕੰਮ ਕਿਸੇ ਸਿਆਸੀ ਮੁਖਾਲਫ ਤੇ ਝੂਠਾ ਪਰਚਾ ਨਹੀਂ ਕੋਈ ਸਿਆਸੀ ਮੁਖਾਲਫ ਜੇਲ੍ਹ ਚ ਨਹੀਂ ਇਹਦਾ ਕ੍ਰੈਡਿਟ ਮੇਰੇ ਕਾਇਦ ਮੀਆਂ ਮੁਹੰਮਦ ਨਵਾਜ਼ ਸ਼ਰੀਫ ਵੀ ਜਾਂਦਾ ਜਿਹਦੀ ਕਿਆਦਤ ਦੇ ਵਿੱਚ ਇਹ ਖਿਦਮਤ ਦੇ ਸਫ਼ਰ ਨੂੰ ਉਹਨਾਂ ਦੇ ਛੋਟੇ ਭਾਈ ਨੇ ਵੀ ਜਾਰੀ ਰੱਖਿਆ ਦੋਸਤੋ ਅੱਜ ਦੇਖ ਲਓ ਤੁਸੀਂ ਕਿ ਇਹ ਮੇਰਾ ਮੱਦੇ ਮੁਕਾਬਲ ਜਿਨ੍ਹਾਂ ਦੀ ਸਿਆਸੀ ਅਰਥੀ ਬੰਦ ਹੋ ਚੁੱਕੀ ਹੈ ਪੀਟੀਆਈ ਦੇ ਚੋਰ ਦਰਵਾਜ਼ੇ 'ਚ ਦਾਖਲ ਹੋ ਗਏ ਪੀਟੀਆਈ ਦਾ ਟਿਕਟ ਲੈ ਕੇ ਉਹਨਾਂ ਹੱਕਦਾਰਾਂ ਦਾ ਹੱਕ ਮਾਰ ਗਏ ਜਿਨ੍ਹਾਂ ਦਾ ਨਾਂ ਚੌਧਰੀ ਸਕਰਾਨ ਹੈ ਉਹਨਾਂ ਕੋਲ ਉਹਨਾਂ ਦਾ ਹੱਕ ਖੋ ਗਏ ਸਿਰਫ ਇੱਕ ਇਹਨਾਂ ਦਾ ਭਾਈ ਤਰਜਮਾਨ ਬਣਿਆ ਔਰ ਉਹਦੀ ਤਰਜਮਾਨੀ ਦੇ ਕੇ ਕਿਸੇ ਦੱਸਾਂ ਉਹ ਐਸਾ ਤਰਜਮਾਨ ਹੈ ਕਦੇ ਮੁਸ਼ਰਫ ਦਾ ਤਰਜਮਾਨ ਹੁੰਦਾ ਉਸ ਤੋਂ ਬਾਅਦ ਕਦੇ ਚੌਧਰੀ ਪਰਵੇਜ਼ ਭਾਈ ਸ਼ੁਜਾਤ ਹੁਸੈਨ ਸਾਹਿਬ ਦਾ ਤਰਜਮਾਨ ਹੁੰਦਾ ਉਸ ਤੋਂ ਬਾਅਦ ਕਦੇ ਜ਼ਰਦਾਰੀ ਸਾਹਿਬ ਦਾ ਤਰਜਮਾਨ ਹੁੰਦਾ ਹੁਣ ਤਾਜ਼ਾ ਪਿਛਲੇ ਕੋਈ ਸਾਲ ਤੋਂ ਉਹ ਇਮਰਾਨ ਖਾਨ ਸਾਹਿਬ ਦਾ ਤਰਜਮਾਨ ਹੈ ਔਰ ਤਰਜਮਾਨੀ ਦਾ ਐਸਾ ਫਾਇਦਾ ਚੁੱਕਿਆ ਕਿ ਚੋਰ ਦਰਵਾਜ਼ੇ 'ਚ ਦਾਖਲ ਹੋ ਕੇ ਦੋ ਟਿਕਟ ਲੈ ਲਏ ਤ੍ਰੈ ਬਾਕੀ ਤ੍ਰੈ ਹੋ ਗਏ ਸਿਪਾਹੀ ਦਾ ਵੀ ਲੈ ਲਿਆ ਔਰ ਉਹਦਾ ਨਤੀਜਾ ਵੀ ਦੱਸਣਾ ਲੱਗੇ ਹੋਇਆ ਦੇਖ ਲਓ ਤੁਸੀਂ ਇਹ ਉਹ ਲੋਕ ਨੇ ਜਿਹੜੇ ਮੁਸ਼ਰਫ ਦੌਰ ਵਿੱਚ ਇਸ ਪੰਜਾਬ ਦਾ ਇਸ ਜ਼ਿਲ੍ਹੇ ਦਾ ਹਾਕਮ ਰਹੇ ਕੋਲ ਰੱਖੋ ਉਸ ਵਕਤ ਤੁਸੀਂ ਮੇਰਾ ਔਰ ਮੇਰਾ ਮੁਆਵਜ਼ਾ ਕਰ ਲਓ ਮੈਂ ਇੱਕ ਦਫ਼ਾ MP ਰਿਹਾ ਇਸ ਹਲਕੇ ਵਿੱਚ ਮੇਰਾ ਪਹਿਲਾ ਇਲੈਕਸ਼ਨ ਮੈਂ ਜਿਸ ਹਲਕੇ ਵਿੱਚ MP ਰਿਹਾ ਤੁਸੀਂ ਜਾ ਕੇ ਉਹਦੀ ਹਾਲਤ ਦੇਖੋ ਬਿਹਤਰੀਨ ਹਲਕਾ ਹੈ ਜੇਹਲਮ ਤੋਂ ਮੇਰਾ ਆਖਰੀ ਪੋਲਿੰਗ ਸਟੇਸ਼ਨ 85 ਕਿਲੋਮੀਟਰ ਦੂਰ ਹੈ ਉੱਥੇ ਕਦੇ ਗੱਡੀਆਂ ਨਹੀਂ ਜਾਂਦੀਆਂ ਨਾਲੇ ਔਰ ਪਹਾੜਾਂ 'ਚੋਂ ਗੁਜ਼ਰ ਕੇ ਜਾਈਦਾ ਹੈ ਅੱਲਾ ਦੇ ਫਜ਼ਲੋ ਕਰਮ ਨਾਲ ਕਾਰਪੋਰੇਟ ਰੋਡ ਪੁਲ ਕਾਲਜਿਸ ਹਰ ਚੀਜ਼ ਉਸ ਇਲਾਕੇ 'ਚ ਦਿੱਤੀ ਹੈ ਔਰ ਕਦੇ ਵੀ ਕੋਈ ਮੇਰਾ ਸਿਆਸੀ ਮੁਖਾਲਫ ਉੱਠ ਕੇ ਨਹੀਂ ਆਖ ਸਕਦਾ ਮੈਂ ਕਿਸੇ ਦੀ ਜਾਇਦਾਦ 'ਤੇ ਕਬਜ਼ਾ ਕੀਤਾ ਮੈਂ ਕਿਸੇ ਆਪਣੇ ਸਿਆਸੀ ਮੁਖਾਲਫ 'ਤੇ ਝੂਠਾ ਪਰਚਾ ਕਰਾਇਆ ਮੈਂ ਕਿਸੇ ਕੋਲੋਂ ਪਤਾ ਲਿਆ ਇਹ ਉਹ ਲੋਕ ਨੇ ਜਿਨ੍ਹਾਂ ਤੋਂ ਨਾ ਬੈਰੋਕਰੇਟ ਮਹਿਫੂਜ਼ ਹੈ ਨਾ ਮੇਰੇ ਬਜ਼ੁਰਗ ਮਹਿਫੂਜ਼ ਹੈ ਨਾ ਮੇਰਾ ਕੋਈ ਇੰਤਜ਼ਾਮੀ ਅਫਸਰ ਮਹਿਫੂਜ਼ ਆ ਨਾ ਸਾਡੀਆਂ ਬਹੁ ਬੇਟੀਆਂ ਮਹਿਫੂਜ਼ ਹੋਈਆਂ ਚੌਧਰੀ ਨਦੀਮ ਖਾਦਮ ਜ਼ਿੰਦਾਬਾਦ
آج ایک چور دروازے جو سیاست دے وچ اور اقتدار دے جو نے بالا دے وچ آنا چاہندے نے میری تہاڈے کا گزارش ہے میرا اور میرے خاندان دا تسی موازنہ انہاں دے نال کر لو انہاں دے خاندان دے نال کر لو اے مداری نے اے جھوٹے نے انہاں ڈگ ڈگیاں پڑھ کے چھڑی مداری لانی ہوندی ہے تسی دیکھ لو اگر میں اور میرا خاندان تہاڈے معیار تے پورا اترنا تے پھر میں تہاڈے کول اپنی ووٹ منگا گا اگر نہیں تے میں نہیں منگا میں زندہ باد میرا عمل اور کردار دیکھ لو دوستو آج میرے میں سمجھنا قائد نو ایک ایسا نوا پتا کھیڈ گیا کہ میرے قائد نو ملک تو باہر رکھنا چاہتے تاکہ اس عمران خان نو 20 اور 25 دن کمپین دا ایک ایسا موقع دیتا جائے کہ ہر سٹیج تے ایک ہوا ہے کہ میاں محمد نواز شریف صاحب نو صدا ہو گئی ہے اور ملک وچ واپس نہیں آن دے کیونکہ بیگم صاحب ٹھیک نہیں انہاں دی حالت سیریس ہے جد تک وہ بہتر نہیں ہوندے یا اللہ نہ کرے کوئی قسم دی صورتحال بڑھدی ہے انہاں ملک وچ نہیں آونا ایسے موقع دے سزا دیتی گئی کہ ملک وچ نہیں آون گے اور اس عمران خان نو ایک ایسا ماحول مہیا کیتا جائے تاکہ گلی گلی جا کے محلے محلے جا کے ہر ضلع دے وچ ہر تحصیل دے وچ اے جلسہ کر کے تاثر دے سکے کہ پہلا مہینہ نو سداواں یہی ہاں اے ملک جو باہر چلے گئے آج پھر ملک نہیں آ سکدے اے ملک دے حکمران نہیں بن سکدے نہ ہے ملک دے بہترین قائد نے مگر میں سلام پیش کرنا تواڈے اور اپنے قائد نو میرے قائد نے کیا کہ موت اور زندگی اللہ دے ہاتھ ہے اور اپنی اہلیہ نو اسی طرح چھوڑ کے انہوں نے فیصلہ کر لیا اور انہوں نے کیا کہ میں اپنی عوام نے بھی جانا اس وقت میری عوام نو میری ضرورت ہے میں یا دو منٹ بار بار تاڑی تاڑی کسی گل تو مارے گئے چاڑ بار تاڑی دکے گا میرا تسلسل بھی توڑ دیو گے پھر مزہ نہیں دیتا موشن ٹوٹ گیا پھر تقریر کا مزہ نہیں انہوں نے اے تاثر دیتا اور سوچ لیا کہ میں اپنی بیٹی دے نال پاکستان جاؤں گا اور پاکستان دی عوام دے وچ رہاں گا جیل بھی ہوے گی تے پاکستان دی عوام دے باہر ہوے گی یا اندر بھی میرے نال ہوے گی میں پاکستان اپنی عوام دے نال رہنا ہے میری عوام نو جس وقت میری ضرورت ہوئی چاہے جیل جو ہی جیل رہاں گا کسے چوک چوراہے میں اپنی عوام دے نال چوک جاواں گا کسے سمندر دے کنارے تے لوڑ ہوئی میں سمندر دے کنارے تے اپنی عوام نال رہاں گا کسے تپتے ہوئے صحرا دے وچ تھڑا دے وچ میری عوام نوں ضرورت ہوئی تے میں اپنی عوام دے وچ جاواں گا کسے پہاڑ دی چوٹی تے چاہے کشمیر دے پہاڑاں دی چوٹیاں ہون چاہے چین دے گلیشیئر پہاڑ ہون میں اوتھے وی اگر عوام نوں ضرورت پئی تے اپنی عوام دے وچ جاواں گا میرے قائد نے 13 تاریخ نو اس سرزمین تے اپنی بیٹی دے نال قدم رکھ کے اے ثابت کر دتا کہ میرا قائد نہ الطاف حسین ہے نہ او مشرف ہے جڑا اس طرح مکر لہراندا ہے جس وقت اقتدار ہے اج ڈردا پاکستان نہیں ہوندا میاں تیرے جان سر بے شمار میاں تیرے جان سر بے شمار اور تمہیں پاکستان چ نہیں آمدے میرے قائد نے ثابت کر دیتا کہ اس ملک دا اور اس عوام دا بہترین لیڈر جڑا ہے اس دا نام میاں محمد نواز شریف ہے جڑا تمام دے دل دا راج کرتا ہے دوستو جس دن دے قائد محترم تشریف لائے اس دن دی سیاسی فضا تبدیل ہو گئی اس ملک دے سب تو بڑے صوبے پنجاب دی لوگ جڑے ڈرے انہاں دا بھی خوف ختم ہو گیا میرے قائد نے اس سرزمین تے قدم رکھے تے جڑے اے سوچدے عمران خان نو ایک ماحول مہیا کر کے دینا تے کی ہویا
ਉਹ ਸਰਕਾਰ ਝੰਗ ਜਾਂਦੇ ਨੇ ਤੇ ਕੁਰਸੀਆਂ ਹਾਂਜੀ ਅਜੇ ਸ਼ੇਖੂਪੁਰਾ ਜਾਣ ਤੇ ਕੁਰਸੀਆਂ ਹਾਂਜੀ ਅਜੇ ਫੈਜ਼ਲਾਬਾਦ ਜਾਣ ਤੇ ਕੁਰਸੀਆਂ ਹਾਂਜੀ ਅਜੇ ਭੁੱਲ ਗਏ ਜੇਨਮਲ ਸਟੇਡੀਅਮ ਜਾ ਜਾਣ ਤਾਂ ਫੇਰ ਵੀ ਹਾਂਜੀ ਫੇਰ ਵੀ ਹਾਂਜੀ ਫੇਰ ਵੀ ਹਾਂਜੀ ਹਾਂਜੀ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਕਾਇਦ ਆ ਗਿਆ ਇਨਸ਼ਾਅੱਲਾ ਤਾਲਾ ਕੋਈ ਨਹੀਂ ਰੋਕ ਸਕਦਾ ਕਿਸੇ ਨਹੀਂ ਰੋਕਣੀ ਇਸ ਆਵਾਮੀ ਸਮੁੰਦਰ ਦੇ ਸਾਹਮਣੇ ਹਰ ਚੀਜ਼ ਬਹਿ ਜਾਏਗੀ ਅੱਲਾ ਦੇ ਫਜ਼ਲ ਕਰਮ ਨਾਲ ਬਹਿ ਜਾਣਾ ਸਾਰਿਆਂ ਲੋਕਾਂ ਨੇ ਸੋਚ ਲਿਆ ਖੁਦਾ ਦੀ ਕਸਮ ਸੋਚ ਲੈ ਲੋਕ ਮੈਂ ਚੌਥਾ ਜਲਸਾ ਕਰ ਰਿਹਾ ਵੱਡਾ ਚੌਥਾ ਔਰ ਜਿਸ ਯੂਨੀਅਨ ਕੌਂਸਲ ਦੇ ਵਿੱਚ ਜਾਣਾ ਉੱਥੇ ਦੇ ਬੰਦੇ ਨੇ ਮੁਗਲਾਬਾਦ ਗਿਆ ਪਿਓਰਲੀ ਮੁਗਲਾਬਾਦ ਦੇ ਨਾਲ ਤਾਂ ਨਿਹਾਲਾ ਗਿਆ ਕਮ ਅਜ ਕਮ 2500 ਬੰਦੇ ਦਾ ਮਜਮੂ ਕਮ ਅਜ ਕਮ ਸਿਟਿੰਗ ਅਰੇਂਜਮੈਂਟ ਇਤਨੇ ਕੀਤੇ ਖਾਣੇ ਦੇ ਉਹਨਾਂ ਟੇਬਲ ਨੰਬਰ ਕਮ ਅਜ ਕਮ 2500 ਬੰਦਾ ਇੱਥੇ ਆਇਆ ਮਾਸ਼ਾਅੱਲਾ ਦੇਖ ਲਓ ਇੱਥੇ ਵੀ 2200 ਬੰਦਾ ਜਿਹੜਾ ਮੈਂ ਉਹ ਮੌਜੂਦ ਹੈ ਇਹ ਅੱਲਾ ਦੀ ਰਹਿਮਤ ਹੈ ਦੋਸਤੋ ਘਬਰਾਉਣਾ ਨਹੀਂ ਇਨਸ਼ਾਅੱਲਾ ਤਾਲਾ ਇਸ ਮੁਲਕ ਨੇ ਕਿਆਮਤ ਤੱਕ ਸ਼ਾਦੋਆਬਾਦ ਕਾਇਮ ਹੋ ਕਾਇਮ ਰਹਿਣਾ ਕਿਉਂਕਿ ਇਹਦੀ ਬੁਨਿਆਦ ਲਾ ਇਲਾਹਾ ਇਲੱਲਾ ਮੁਹੰਮਦ ਰਸੂਲਲਾ ਪਰ ਰੱਖੀ ਹੋਈ ਪਾਕਿਸਤਾਨ ਦੁਸ਼ਮਣ ਕੂਤਾਂ ਜੋ ਮਰਜ਼ੀ ਚਾਣ ਕਰ ਲੈਣ ਇਸਲਾਮ ਦੁਸ਼ਮਣ ਕੂਤਾਂ ਜੋ ਮਰਜ਼ੀ ਚਾਣ ਕਰ ਲੈਣ ਇਹਦੀ ਬੁਨਿਆਦ ਲਾ ਇਲਾਹਾ ਇਲੱਲਾ ਮੁਹੰਮਦ ਰਸੂਲਲਾ ਰੱਖੀ ਹੈ ਇਹਦੀ ਹਿਫਾਜ਼ਤ ਅੱਲਾ ਔਰ ਅੱਲਾ ਦੇ ਰਸੂਲ ਨੇ ਕਰਨੀ ਹੈ ਸਾਨੂੰ ਤਾਂ ਮੈਂ ਸਿਰਫ ਨੌਕਰ ਬਣਾ ਕੇ ਭੇਜਿਆ ਅਸੀਂ ਨੌਕਰ ਹਾਂ ਆਪਣੇ ਰਸੂਲਲਾ ਦੇ ਸਾਨੂੰ ਨੌਕਰ ਬਣਾ ਕੇ ਭੇਜਿਆ ਨੇ ਫਿਰ ਇਹੀ ਗੱਲ ਇਹਨਾਂ ਦੀ ਆਖਰੀ ਗੱਲ ਕਰਕੇ ਜਾ ਚਾਹਾਂਗਾ ਇਸ ਤੋਂ ਬਾਅਦ ਮੈਂ ਤਿੰਨ ਜਗ੍ਹਾ ਤੇ ਜਾਣਾ ਆਖਰੀ ਗੱਲ ਕਰਾਂਗਾ ਕਿ ਬਿਜਲੀ ਸੜਕੋਂ ਕੀ ਠੀਕ ਦੋਸਤੋ ਆਖਰੀ ਗੱਲ ਕਿ ਉਹ ਹੀ ਚੋਰ ਨੇ ਤੇ ਉਹ ਹੀ ਡਾਕੂ ਨੇ ਜਿਹੜੇ 2001 ਤੋਂ ਆਏ ਨੇ ਤੇ 8 ਸਾਲ ਤੱਕ ਨਾਜ਼ਮ ਰਹੇ ਨੇ ਫਿਰ ਹਕੂਮਤ ਕਰਕੇ ਸਾਡੀ ਜਾਨ ਕੋ ਆਖਰੀ 2 ਸਾਲ ਇਹਨਾਂ ਦੀ ਨਾਜ਼ਮੀ ਗਰਕ ਹੋ ਗਈ ਤੇ ਉਹ ਹੀ ਲੋਕ ਨੇ ਇਹਨਾਂ ਦੇ ਨਾਲ ਉਸ ਵੇਲੇ ਵੀ ਉਹ ਹੀ ਲੋਕ ਹੈ ਉਹੀ ਚੋਰ ਤੇ ਉਹੀ ਡਾਕੂ ਚਾਹੇ ਦੀਨੇ ਦੇ ਨੇ ਚਾਹੇ ਤੁਹਾਡੀ ਯੂਨੀਅਨ ਕੌਂਸਲ ਦੇ ਨੇ ਅੱਜ ਫਿਰ ਉਹ ਇਹਨਾਂ ਦੀ ਛਤਰੀ ਥਲਾ ਹੋਈ ਨੇ ਉਹ 2002 ਵੀ ਨਾਲ ਹੈ 2001 ਵੀ ਨਾਲ ਹੈ 2008 ਵੀ ਨਾਲ ਹੈ 2013 ਵੀ ਨਾਲ ਹੈ ਸਾਰੇ ਚੋਰ ਕੁਝ ਬਲਜਾਤੀ ਇਲੈਕਸ਼ਨ ਸਾਡੇ ਵੱਲ ਆਏ ਸਾਡੇ ਚਲੋ ਅੱਛੇ ਬੰਦੇ ਲੈ ਲੈਂਦੇ ਉਹ ਫਿਰ ਤਾਂ ਕਿਹਾ ਉਹ ਫਿਰ ਗੰਦੇ ਨੇ ਉਹ ਇਹਨਾਂ ਦੀ ਨਾਲ ਹੀ ਨਾ ਇਹਨਾਂ ਡੁਗਡੁਗੀਆਂ ਪਕੜ ਲਈਆਂ ਨੇ ਕਿਸੇ ਰਿਚ ਪਕੜੇ ਆ ਕਿਸੇ ਪੂਜਰੀ ਪਕੜੀ ਆ ਕਿਸੇ ਪਕੜਾ ਪਕੜੇ ਆ ਮਨਾਰੀ ਲਾਈ ਨੇ ਹੁਣ ਸਿਰਫ ਮਦਾਰੀਆਂ ਲਾਣ ਲੱਗੇ ਨੇ ਤਾਂ ਦਲੀਲ ਯੂਨੀਅਨ ਕੌਂਸਲ ਬਦਲੋਟ ਬਨ ਸ਼ਹੀਦ ਤੇ ਜਲਸਾ ਕਰਦੇ ਨੇ ਹੁਣ ਭਾਈ ਕਿਸੇ ਬੰਦੇ ਕੋਲ ਪੁੱਛ ਲਓ ਭਾਈ ਕਿਤਨੇ ਬੰਦੇ ਨੂੰ ਮੈਂ ਅੱਲਾ ਦੇ ਫਜ਼ਲ ਕਰਮ ਨਾਲ ਇਹ ਚੌਥਾ ਵੱਡਾ ਜਲਸਾ ਪਿਆ ਕਰਨਾ ਪੰਜਵਾਂ ਜਾ ਕੇ ਚੌਕ ਵਿੱਚ ਕਰਨਾ ਤਾਂ ਦੋਵਾਂ ਤਾਂ ਮੈਂ ਪਹੁੰਚ ਕੋ ਨਾ ਸਕਿਆ ਚੋਈ ਲਾਲ ਸਾਹਿਬ ਨੇ ਕੀਤੇ ਨੇ ਤਾਂ ਫਿਰ ਮੀਟਿੰਗ ਜਾ ਕੇ ਸ਼ੇਅਰ ਕਰਨੀ ਔਰ ਬਾਖਦਾ ਜਿੱਥੇ ਜਿੱਥੇ ਮੈਂ ਜਾਂਦਾ ਉੱਥੇ ਦੇ ਬੰਦੇ ਨੇ ਮੈਂ ਨਾਲ ਆਪਣਾ ਜਿਹੜਾ ਮੇਰਾ ਕਾਫਲਾ ਹੁੰਦਾ 8-10 ਗੱਡੀਆਂ ਦਾ ਉਹ ਮੇਰੇ ਨਾਲ ਨਾਰਮਲ ਹੁੰਦਾ ਉਹ ਮੇਰੇ ਨਾਲ ਹੈ ਡਰਨ ਦੀ ਜ਼ਰੂਰਤ ਕੋਈ ਨਹੀਂ ਇਹ ਨਾਲ ਇਤਨੇ ਜੋ ਕਿ ਹੈ ਨਾ ਕਿਸੇ ਨੂੰ ਕੋਈ ਖੌਫ ਸਦਾ ਹੋਣ ਦੀ ਲੋੜ ਨਹੀਂ ਕਿਸੇ ਤੋਂ ਨਹੀਂ ਹੋਣਾ ਉਹ ਮੈਂ ਸੁਣਿਆ ਕੋਈ ਇੱਕ ਉਹ ਆਇਆ ਇਹਨਾਂ ਦਾ ਕੋਈ ਟੁਣਾ ਜਿਹਾ ਮੈਂ ਪਿਛਲੇ 5 ਸਾਲ ਹਕੂਮਤ ਕੀਤੀ ਆ ਮੈਂ ਕਿਸੇ ਸਿਆਸੀ ਮੁਖਾਲਫ ਨੂੰ ਤੂੰ ਕਰਕੇ ਨਹੀਂ ਬੁਲਾਇਆ ਸਿਆਸੀ ਮੁਖਾਲਫ ਮੇਰੇ ਸਾਹਮਣੇ ਵੀ ਆਇਆ ਨਾ ਮੈਂ ਤੁਸੀਂ ਕਰਕੇ ਬੁਲਾਇਆ ਕਿਉਂਕਿ ਮੇਰੀ ਤਰਬੀਅਤ ਬੜੀ ਅੱਛੀ ਹੋਈ ਹੈ ਮੈਂ ਜਿਸ ਮਾਹੌਲ 'ਚ ਪੈਦਾ ਹੋਇਆ ਮੈਂ ਮਜ਼ਹਬੀ ਮਾਹੌਲ ਤੱਕਿਆ ਮੇਰੇ ਦਾਦੀ ਨਾਨੀ ਮੈਂ ਦੇਖੀ ਦਾਦਾ ਦਾ ਨਾਨਾ ਮੈਂ ਦੇਖੇ ਨਹੀਂ ਇੰਤਹਾਈ ਮਜ਼ਹਬੀ ਲੋਕ ਹੈ ਮੇਰੀ ਵਾਲਦਾ ਮਜ਼ਹਬੀ ਲੋਕ ਨੇ ਅਸੀਂ ਮਜ਼ਹਬੀ ਘਰਾਣੇ 'ਚ ਰਹਿੰਦੇ ਹਾਂ ਨਮਾਜ਼ ਰੋਜ਼ਾ ਮੈਂ ਛੋੜਿਆ ਕਦੇ ਨਹੀਂ ਸਾਨੂੰ ਇਹ ਤਰਬੀਅਤ ਦਿੱਤੀ ਹੈ ਕਿ ਕਿਸੇ ਸਿਆਸੀ ਮੁਖਾਲਫ ਨੂੰ ਜ਼ਿਆਦਤੀ ਨਹੀਂ ਕਰਨੀ ਤਾਂ ਟੁੰਡਿਆ ਤੂੰ ਮੇਰੀ ਗੱਲ ਸੁਣ ਲੈ ਗੌਰ ਨਾਲ
ਅੱਗੇ ਬੋੜੀਆਂ ਵੀ ਕਿਨੂੰ ਆਖਿਆ ਉਥਾ ਵੀ ਕਿਹਾ ਤੇਰੇ ਨਾਲ ਦਾ ਜਿਹਨੂੰ ਮੈਂ 2008 ਵਿੱਚ ਤੱਕਿਆ ਆ ਉਹਨੇ ਫਿਰ ਕੋ ਗੱਲਾਂ ਕੀਤੀਆਂ ਤੁਹਾਨੂੰ ਦੱਸਦਾ ਤੁਹਾਨੂੰ ਵੀ ਮੈਂ ਦੱਸਦਾ ਮੇਰੇ ਕਿਸੇ ਬੰਦੇ ਨੂੰ ਤੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂ ਬਦਮਾਸ਼ੀ ਲਾਉਣ ਦੀ ਕੋਸ਼ਿਸ਼ ਕੀਤੀ ਭਾਈ ਮੈਂ ਤੈਨੂੰ ਐਸੇ ਰੋਡ ਦਾ ਜੀਨਾ ਜਾਂ ਨਾ ਪੁੱਛਾਂ ਤਾਂ ਮੈਂ ਵੀ ਆਪਣੇ ਪਿਓ ਦਾ ਪੁੱਤਰ ਨਾ ਤੈਨੂੰ ਮੈਂ ਕਿਸੇ ਮੇਰੇ ਗਰੀਬ ਸਾਥੀ ਨੂੰ ਦੇਖੀ ਮੈਂ ਖੁਦਾ ਦੀ ਕਸਮ ਹੈ ਤੈਨੂੰ ਠੀਕ ਨਾ ਸੁਣਦਾ ਤੂੰ ਲੋਕਾਂ ਨੂੰ ਡਰਾਏ ਦਾ ਕਿਆ ਹੱਥ ਚਲਾਓ ਅਸੀਂ ਸ਼ਰੀਫ ਜ਼ਰੂਰ ਹਾਂ ਬੁੱਧ ਦਿਲ ਕੋਈ ਨਾ ਔਰ ਆਪਣੇ ਹਕੂਕ ਦਾ ਤਫਜ਼ ਕਰਨਾ ਵੀ ਜਾਣਦੇ ਹਾਂ ਜਿਹੜਾ ਲੀਡਰ ਆਪਣੇ ਹਕੂਕ ਦਾ ਤਫਜ਼ ਨਹੀਂ ਕਰ ਸਕਦਾ ਉਹਨੂੰ ਕੋਈ ਆਕਾਸ਼ ਨਹੀਂ ਉਹ ਸਿਆਸਤ ਕਰੇ ਜਿਹੜਾ ਤੁਸੀਂ ਤਾਂ ਕਿਹਾ ਇਤਨੇ ਕਮਜ਼ੋਰ ਅਸੀਂ ਸਾਹ ਤੋਂ ਛੋੜ ਦੇਵੇ ਮਾਫੀ ਮੰਗ ਲਾਂਗੇ ਲੋਕਾਂ ਕੋਲ ਘਰ ਜਾ ਕੇ ਬਹਿ ਜਾਂਗੇ ਹੱਥ ਚਲਾਓ ਅੱਜ ਤੋਂ ਬਾਅਦ ਸ਼ਿਕਾਇਤ ਵੀ ਨਹੀਂ ਸਕਦਾ ਅਦਾਲਾ ਹੋਵੇਗੀ ਦੋਸਤੋ ਇਹਨਾਂ ਨੂੰ ਦੇਣਾ ਤਮਾਮ ਸਾਥੀਆਂ ਨਾਲ ਜਿਤਨੇ ਖੜੇ ਹੋ ਬੈਠੇ ਹੋ ਔਰ ਬਾਈ ਐਂਡ ਤੇ ਪੜਨਾ ਮੈਂ ਐਂਡ ਕਿਦੋਂ ਹੋਇਆ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਤਮਾਮ ਬਜ਼ੁਰਗਾਂ ਦਾ ਬਿਲਖਸੂਸ ਬਾਗਾਂ ਤੋਂ ਬਿਨਾਂ ਤੁਹਾਡਾ ਜਿਹੜਾ ਪੰਜਾਂ ਗਰਾਵਾਂ ਦਾ ਮਜਮੂ ਹੈ ਉਹ ਬਾਗਾਂ ਮੈਂ ਨਾਂ ਕਿਸੇ ਦਾ ਨਹੀਂ ਲੈਣਾ ਵੀ ਯੂਨੀਅਨ ਕੌਂਸਲ ਕਰੋ ਵੱਧੋ ਵੱਧ ਮੇਰੇ ਵਾਸਤੇ ਕਾਬਲ ਇਤਰਾਮ ਨੇ ਸਿਰਫ ਉਹ ਭਾਈ ਜਿਹੜੇ ਜਿਹਨਾਂ ਐਲਾਨ ਕੀਤਾ ਸਾਡੇ ਨਾਲ ਮੈਂ ਉਹਨਾਂ ਦਾ ਵੀ ਮਸ਼ਕੂਰ ਤੇ ਬਾਕੀ ਨਾਰੇ 2000 ਮਾਰ ਰਹੇ ਨੇ ਉੱਠ ਕੇ ਮਾਰ ਰਹੇ ਨੇ ਤੇ ਆਵਾਜ਼ ਜਾਏ ਲੱਦਣਾ ਪੰਜਾਬ ਵਿੱਚ ਪਾਕਿਸਤਾਨ ਵਿੱਚ ਚਾਰਾਂ ਸੂਬਿਆਂ ਵਿੱਚ ਇੱਕ ਵਾਰੀ ਫੇਰ ਚੜ੍ਹਦੇ ਸੂਰਜ ਤਲਦੇ ਵਿੱਚ ਚੜ੍ਹਦੇ ਸੂਰਜ ਤਲਦੇ ਵਿੱਚ ਬੁੱਝਦੇ ਦੀਵੇ ਬੰਦੇ ਵਿੱਚ ਹੀਰੇ ਦਾ ਕੋਈ ਮੁੱਲ ਨਾ ਤਾਰੇ ਕੋਟੇ ਸਿੱਕੇ ਚੰਦੇ ਵਿੱਚ ਉਹਦੀ ਰਹਿਮਤ ਪਾਣੀ ਚੱਲਦੇ ਵੇਖੇ ਜਿਨ੍ਹਾਂ ਦਾ ਨਹੀਂ ਜੱਗ ਤੇ ਕੋਈ ਉਹ ਵੀ